ਸਿਰਫ ਅਗਰ ਤੁਸੀਂ ਸਾਡੀ ਇਹਨੂੰ ਸ਼ੋਰਟ ਵਿੱਚ ਕਿਹਾ ਜਾਂਦਾ, ਇਹ ਗੱਲ ਯਾਦ ਰੱਖ ਲਿਆ, ਤੁਹਾਡੇ ਕੋਲ ਪੀਐਸ ਸੈੱਟ ਦੇ ਪ੍ਰੀਵੀਅਸ ਈਅਰਸ ਦੇਖਦੇ ਹੋ, 2012 ਵਿੱਚ ਹੋਇਆ ਨਹੀਂ ਸੀ, 13 ਵਿੱਚ ਰਿਪੀਟ ਦੋ, ਅਤੇ ਸਭ ਤੋਂ ਪਹਿਲੀ ਚੀਜ਼ ਕਿ ਮੈਂ ਸਭ ਤੋਂ ਪਹਿਲਾਂ ਲੈਕਚਰ ਵੀ ਜੋ ਲਿਆ ਸੀਗਾ ਉਹ ਪੀਐਸ ਸੈੱਟ ਲਈ ਹੀ ਟੀਚ ਕਰਨ ਦੇ ਲਈ ਲਿਆ ਸੀਗਾ, ਰਾਈਟ? ਤਾਂ ਉੱਥੇ ਤੁਸੀਂ ਪੈੱਨ ਯੂਜ ਕਰਨਾ ਹੈ ਤਾਂ ਇੱਕ ਚੀਜ਼ ਆਪਦੇ ਮਾਈਂਡ ਦੇ ਵਿੱਚ ਹਿੱਟ ਕਰ ਲਿਆ ਜੇ, ਸਾਈਕੋਲੋਜੀ ਮੇਰਾ ਸਭ ਤੋਂ ਪ੍ਰਾਇਰਟੀ ਬੇਸ ਸਬਜੈਕਟ ਸੀਗਾ, ਨਾਲ ਦੀ ਨਾਲ ਮੈਨੂੰ ਪੈਡਾਗੋਜੀ ਵੀ ਸੈਟਲ ਕਰਨਾ ਪਿਆ ਸੀਗਾ, ਕਿ ਅਪਰੋਕਸੀਮੇਟ ਜੋ ਮੇਰਾ ਐਕਸਪੀਰੀਅੰਸ ਕਹਿੰਦਾ ਹੈ ਸੈੱਟ ਦੇ ਪ੍ਰੀਵੀਅਸ ਈਅਰਸ ਦੇਖਦੇ ਹੋ, 2011 2012 ਵਿੱਚ ਹੋਇਆ ਨਹੀਂ ਸੀ, 13 ਵਿੱਚ ਰਿਪੀਟ, ਅਗਰ ਮੈਂ 10 to 12 ਟਾਈਮਸ ਅਲੱਗ ਅਲੱਗ ਸਟੇਟ ਦੇ ਐਚ ਟੈਟ ਸੀ ਟੈਟ, ਹਾਲਾਂਕਿ 2016 ਵਿੱਚ ਮੇਰਾ ਐਚ ਟੈਟ ਕਲੀਅਰ ਹੋ ਗਿਆ ਸੀ, ਪਹਿਲਾਂ ਹੀ ਐਚ ਟੈਟ ਸੀ ਉਹ ਮੇਰਾ, 2016 ਦੇ ਵਿੱਚ ਸੀ, 21 ਫਰਵਰੀ